ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵੀਅਤਨਾਮ ਏਅਰਪੋਰਟ 'ਤੇ ਆ ਗਏ। ਇੱਥੋਂ ਅੱਜ ਆਪਣੀ ਫਲਾਈਟ ਆ ਸਿੰਗਾਪੁਰ ਦੀ, ਆਪਣਾ ਗੇਟ ਨੰਬਰ ਇੱਥੇ ਸਰ ਨਾਲ ਚੜ੍ਹ ਜਾਣਾ। ਟਾਈਮ ਥੋੜ੍ਹਾ ਸੀ ਪਰ ਮਹਾਰਾਜ ਨੇ ਬਹੁਤ ਕੁਝ ਦਿਖਾਤਾ। ਫਿਰ ਵੀ ਜਿਵੇਂ ਟਿਕਟ ਲਾ ਕੇ ਆਏ ਸੀ ਸਪੈਸ਼ਲ, ਆਪਾਂ ਆਪਣਾ ਕਵਰ ਹੋ ਹੀ ਗਏ। ਅਤੇ ਸਿੰਗਾਪੁਰ ਆਪਣੇ ਕੋਲ ਦੋ ਦਿਨ ਨੇ, ਅੱਜ ਦਾ ਅਤੇ ਕੱਲ੍ਹ ਦਾ। ਕੱਲ੍ਹ ਨੂੰ ਰਾਤ ਦੀ ਫਲਾਈਟ ਆ ਉੱਥੋਂ ਵਾਪਸੀ। ਵਧੀਆ ਲੱਗਿਆ ਜਿਵੇਂ ਦੇਖਣ ਨੂੰ ਸਾਰਾ ਕੁਛ। ਬਾਕੀ ਜਿਹੜੇ ਮਿਊਜ਼ੀਅਮ ਦੇਖ ਕੇ ਆਇਆ ਉਹਦੀ ਵੀਡੀਓ ਆਪਾਂ ਸਾਈਡ ਹੀ ਪਾਈ ਆ, ਕਿਉਂਕਿ ਔਖੀ ਜਿਹੀ ਲੱਗਦੀ ਦੇਖਣ ਨੂੰ, ਬਣਾਉਣੀ ਵੀ ਔਖੀ ਲੱਗੀ। ਅਤੇ ਆਪ ਜਾ ਕੇ ਦੇਖ ਲਿਓ ਇੱਥੇ ਵੀਅਤਨਾਮ ਆਏ। ਦੂਜੀ ਗੱਲ ਇਹ ਪੈਸੇ, ਜਦੋਂ ਜਿਹੜੇ ਪੈਸੇ ਇਹਨਾਂ ਦੇ ਲੱਖਾਂ 'ਚ ਚੱਲਦੇ ਨੇ, ਇਹ ਨਾਲ ਲੱਖ ਨਹੀਂ ਲਾਉਂਦੇ। ਜਿਵੇਂ ਲੱਖ ਦੀ ਕੋਈ ਚੀਜ਼, 2 ਲੱਖ ਦੀ ਚੀਜ਼ ਲੈਣੀ ਆ 200 ਹੀ ਕਹਿੰਦੇ ਨੇ, ਐਂ ਨਹੀਂ ਕਹਿੰਦੇ ਵੀ 2 ਲੱਖ ਜਾਂ 200,000 ਇੱਕ ਨਹੀਂ ਕਹਿੰਦੇ। ਠੀਕ ਸੀਗਾ। ਆਹ ਮੋਟਰਸਾਈਕਲ ਵਾਲੇ ਐਪ ਜਿਹੜੇ, ਬੜਾ ਬੜਾ ਸੌਖਾ ਕੰਮ ਮੋਟਰਸਾਈਕਲ ਵਾਲਾ। ਜਾਂਦੇ ਹੋਏ ਆਪਾਂ ਗਏ ਸੀ 1,19,000 'ਚ ਟੈਕਸੀ 'ਚ, ਕਿਉਂਕਿ ਮੀਂਹ ਪੈਂਦਾ ਸੀ। ਆਉਂਦੇ ਹੋਏ ਸੋਹਣਾ ਕਹਿੰਦਾ ਆਪਾਂ ਮੋਟਰਸਾਈਕਲ 'ਤੇ ਜਾਣਾ, ਉਹ 43,000 'ਚ ਲੈ ਗਿਆ। ਉਹ ਤੁਸੀਂ ਐਪ ਡਾਊਨਲੋਡ ਕਰ ਲਿਓ ਜਦੋਂ ਆਏ ਇੱਥੇ। ਬਾਕੀ ਸਿੰਗਾਪੁਰ ਜਾ ਕੇ ਆਪਾਂ ਜੇ ਮਿਲਦੇ ਹਾਂ। ਸਿੰਗਾਪੁਰ ਚੈਂਗੀ ਏਅਰਪੋਰਟ ਮਰੀਨਾ ਵੇ 'ਤੇ ਆ ਗਏ ਆਪਾਂ ਫਿਰ ਸਿੰਗਾਪੁਰ। ਉਸਦੇ ਆਪਾਂ ਦਿਨੇ ਘੁੰਮ ਕੇ ਗਏ ਸੀ, ਹੁਣ ਰਾਤ ਦਾ ਦ੍ਰਿਸ਼ ਦੇਖਦੇ ਹਾਂ ਕੀ ਆ। ਲਾਈਟਿੰਗ ਲੁਟਿੰਗ ਕਹਿੰਦੇ ਬਾਹਲੀ ਸੋਹਣੀ ਹੁੰਦੀ ਆ। ਆਹ ਚੱਲ ਕੇ ਦੇਖਦੇ ਹਾਂ, ਸ਼ੇਰ ਖਾਨ ਨੂੰ ਵੀ ਨਹੀਂ ਮਿਲੇ ਸੀ ਉਦਨੇ ਆਪਾਂ, ਅੱਜ ਦੇਖਦੇ ਹਾਂ ਕੀ ਕਹਿੰਦਾ। ਐਪਲ ਵਾਲਿਆਂ ਸਟੋਰ ਆ ਜੀ ਜਿਹਦੇ ਪਰ ਗਏ ਸੀ ਦਿਨੇ, ਲਾਈਟਿੰਗ ਦਾ ਸ਼ੋਅ ਚੱਲ ਰਿਹਾ। ਉਹਦੀਆਂ ਲਾਈਟਾਂ ਬੰਦ ਨੇ, ਉਦਨੇ ਪਿੱਛੇ ਬੱਸ ਲੰਘੇ ਆ ਉਹ ਚੱਲਦੀਆਂ ਹੁੰਦੀਆਂ, ਅੱਜ ਆਹ ਚੱਲਦੀਆਂ ਰਾਤ ਨੂੰ। ਹਾਂਜੀ, ਰਾਤ ਦਾ ਦ੍ਰਿਸ਼ ਆਹ, ਲਾਲ ਲਾਈਟਾਂ ਵਾਲਾ ਪਲ ਜਿਹੜਾ ਆਪਾਂ ਉਧਰੋਂ ਲੰਘ ਕੇ ਆਇਆ। ਬਿਲਡਿੰਗਾਂ ਦੇ ਨੇੜ ਨੂੰ ਆ ਗਏ ਆਪਾਂ, ਸ਼ੇਰ ਖਾਨ ਗਿਆ ਖੜਾ। ਇੱਥੋਂ ਆ ਵੀ ਜੰਕ ਹੋਈ
ਐਕਸਰਸਾਈਜ਼ ਕਰਨੇ ਰਾਤ ਤੱਕ ਕਰੀ ਜਾਂਦੇ ਪੌਣ 10 ਹੋ ਗਏ ਆ ਗਏ ਜੀ ਇਹ ਉਹ ਦਿਨ ਆਪਣਾ ਦਿਨ ਰਹਿ ਗਿਆ ਸੀਗਾ ਮਰੀਨਾ ਮਰੀਨਾ ਵੇ ਦਾ ਏਰੀਆ ਹੈਗਾ ਟ੍ਰੇਨ ਸਿੱਧੀ ਬਚਾਉਂਦੀ ਆ ਇੱਥੇ ਮਰੀਨਾ ਵੇ ਲਿਟਲ ਇੰਡੀਆ ਤੋਂ ਚਲੋ ਥੋੜ੍ਹੀ ਦੂਰੀ ਆ ਜੇ ਆਹ ਏਰੀਆ ਘੁੰਮਣਾ ਲਿਟਲ ਇੰਡੀਆ ਆਪਾਂ ਨੂੰ ਬਾਹਲਾ ਨੇੜੇ ਪੈਂਦਾ ਜਦੋਂ ਆਪਾਂ ਆਏ ਹਾਂ ਪਹਿਲੇ ਦਿਨ ਉਦੋਂ ਆਪਣਾ ਹੋਟਲ ਥੋੜ੍ਹਾ ਦੂਰ ਸੀਗਾ ਅੱਜ ਆਪਣਾ ਹੋਟਲ ਸਿੱਧਾ ਹੀ ਕੋਲ ਆ ਜਮਾ ਲਿਟਲ ਇੰਡੀਆ ਦੇ ਨਾਲ ਹੀ ਆ ਇਹਦੇ ਦੁਕਾਨਾਂ ਵੀ ਨੇ ਖਾਣ ਪੀਣ ਵਾਲੀਆਂ ਲਾਈਟਿੰਗ ਦਾ ਆਨੰਦ ਹੀ ਮਾਣਨਾ ਹੈ ਰਾਤ ਨੂੰ ਤਾਂ ਇਹ ਤਾਂ ਪਤਾ ਨਹੀਂ ਕਿਤੇ ਕੁਦਰਤੀ ਉਹ ਸ਼ੋਅ ਜਿਹੜਾ ਸੀਗਾ ਆਪਣਾ ਲਾਈਟਾਂ ਉਹ ਆਪਣੇ ਉਹਦੇ ਵਿੱਚ ਚੱਲਦਾ ਸੀ ਹਜੇ ਤੱਕ ਚੱਲਿਆ ਨਹੀਂ ਆਪਾਂ ਨੂੰ ਘੱਟੋ ਘੱਟ ਵੀ ਪੌਣੇ ਘੰਟੇ ਦੇ ਨੇੜੇ ਹੋ ਗਿਆ ਜਿਹੜਾ ਦਿੰਦਾ ਇੱਥੋਂ ਸਟਾਰਟ ਕੀਤਾ ਸੀ ਆਪਾਂ ਐਂ ਘੁੰਮਲੇ ਘੁੰਮਲੇ ਘੁੰਮਦੇ ਆਹ ਸਟੇਡੀਅਮ ਦੇ ਉੱਤੇ ਵੀ ਆਇਆ ਅੱਜ ਵੀ ਬਣਦੀ ਆ ਕੰਸਟਰਕਸ਼ਨ ਦੇ ਲਈ ਆ ਜਾਂ ਅਤੇ ਇੱਥੇ ਆ ਗਏ ਇਹਦੇ ਕੋਲ ਹੁਣ ਆਪਾਂ ਆਹਦਾ ਬੱਚਾ ਵੱਡਾ ਹੋ ਵਾਲੀ ਉਹ ਵੱਡਾ ਨਾਲ ਹੀ ਖੜਾ ਮਗਰ ਇੱਧਰ ਨੂੰ ਹੈਗਾ ਫਰੂਟ ਵਗੈਰਾ ਹੈਗਾ ਜੂਸ ਬਾਕੀ ਸਮਾਨ ਵੀ ਖਾਸਾ ਜੂਸ ਪੀਣੇ ਇੱਥੇ ਆਪਾਂ ਅੱਜ ਦੇਸੀ ਚੈਰੀ ਪਹੁੰਚੀ ਹੋਈ ਆ ਕੈਨੇਡੀਅਨ ਚੈਰੀ ਚੈਰੀ ਦੇ ਲਓ ਕਿੰਨੀ ਕੁ $15 ਦੀ ਕੈਨੇਡਾ ਵਾਲੀ ਚੈਰੀ ਆਪਾਂ ਮੈਂਗੋ ਸ਼ੇਕ ਔਡਰ ਕੀਤਾ ਵੇਟ ਕਰਦੇ ਹਾਂ ਮਰੀਨਾ ਵੇ ਤੇ ਹੀ ਆਏ ਨਾਲ ਹੀ ਆਹ ਪੁੱਲ ਦੇ ਥੱਲੇ ਆ ਵੀ ਰੈਂਟ ਕਰ ਸਕਦੇ ਆਪਾਂ ਜਿਹੜਾ ਦੇਣ ਨੂੰ ਇੱਥੇ ਸੈਵਨ ਇਲੈਵਨ ਵੀ ਨਾਲ ਹੀ ਆ ਆਹ ਮੈਂ ਭਾਜੀ ਆਹ ਸ਼ੇਰ ਖਾਂ ਇੱਥੇ ਖੜਾ ਆਪਾਂ ਇੱਥੇ ਮਰੀਨਾ ਵੀ ਉਤਰੇ ਸੀ ਅਤੇ ਆਪਾਂ ਡਾਊਨ ਟਾਊਨ ਵੀ ਉਤਰ ਸਕਦੇ ਹੁਣ ਆਪਾਂ ਡਾਊਨ ਟਾਊਨ ਪੜਿਆ ਇਹ ਨੇੜੇ ਉਹਦੇ ਨਾਲ ਜਿਹੜੀ ਜਾਣੀ ਆ ਮਿਲਦੀ ਆ ਰੈੱਡ ਆਉਂਦੀ ਆ ਤਾਂ ਫਿਰ ਸਿੱਧੀ ਮਰੀਨਾ ਵੀ ਉਤਰ ਜਾਓ ਜਾਂ 26 ਆਹ NH26 ਇੱਥੇ ਵੀ ਉਤਰ ਆਵੇ ਇੱਥੋਂ ਫਿਰ ਤੁਰਨਾ ਵੀ ਪਊਗਾ ਆਪਾਂ ਇੱਥੋਂ ਤੁਰ ਕੇ ਗਏ ਸੀ ਆਹ ਇੱਕ ਅਣਜਾਣ ਵਿਖਾਇਆ ਟ੍ਰੇਨਾਂ ਦਾ ਚੰਗੀ ਕਿੱਧਰ ਚੰਗੀ ਆ ਗਿਆ ਚੰਗੀ ਆਹ ਏਅਰਪੋਰਟਾਂ ਦਾ ਚੰਗੀ ਆਪਾਂ ਹੁਣ ਇੱਥੇ ਖੜ੍ਹੇ ਡਾਊਨ ਟਾਊਨ ਇੱਥੇ ਆਪਣਾ ਹੋਟਲ ਆ ਲਿਟਲ ਇੰਡੀਆ ਨਾਲ ਹੀ ਆ